بخ شیفز عالم مظهر نور خدا ਮੁਰਸ਼ਦ ਤੇਰਾ ਲੋਕੀ ਪੁੱਛਦੇ ਮੈਨੂੰ ਕੌਣ ਮੁਰਸ਼ਦ ਤੇਰਾ ਥਾਂ ਥਾਂ ਲੋਕੀ ਪੁੱਛਦੇ ਮੈਨੂੰ ਕੌਣ ਮੁਰਸ਼ਦ ਤੇਰਾ ਮੈਂ ਕੈਨੀਆ ਵਿੱਚ ਲਾਹੌਰ ਦੇ ਰਹਿੰਦਾ ਦਾਤਾ ਮੇਰਾ ਮੈਂ ਕੈਨੀਆ ਵਿੱਚ ਲਾਹੌਰ ਦੇ ਰਹਿੰਦਾ ਦਾਤਾ ਮੇਰਾ ਵਿੱਚ ਲਾਹੌਰ ਦੇ ਰਹਿੰਦਾ ਦਾਤਾ ਮੇਰਾ ਦਾਤਾ ਦੀ ਦੀਵਾਨੀਆਂ ਮੈਂ Ah!
ਕਮੋ ਜੀ ਨੰਦਰਾ ਸੱਚੀ ਸਰਕਾਰ ਹੈਪੀ ਰੰਧਾਵਾ ਜੀ ਕਿਉਂਕਿ ਬਹੁਤ ਬਿਜ਼ੀ ਸਕੂਲ ਦੇ ਵਿੱਚੋਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚੇ ਨੇ MLA ਸਾਹਿਬ ਸ਼੍ਰੀ ਸੰਜੀਤ ਅਗਰਵਾਲ ਜੀ ਮੋਨੋ ਖਿੰਡਾ ਜੀ ਹੈਪੀ ਰੰਧਾਵਾ ਜੀ ਆਪ ਸਾਰਿਆਂ ਦਾ ਵੈਲਕਮ ਹੈ ਜੀ ਆਇਆਂ ਨੂੰ ਕਿਉਂਕਿ ਇੱਕ MLA ਸਾਹਿਬ ਕਰਕੇ ਮੈਨੂੰ ਜਲਦੀ ਜਲਦੀ ਕੱਪੜੇ ਵੀ ਨਹੀਂ ਚੇਂਜ ਕਰਨ ਦਿੱਤੇ ਕਹਿੰਦੇ ਆ ਰਹੇ ਸੀ ਰਾਏਕੋਟੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦਿਓ ਕਿਉਂਕਿ 25 ਜੁਲਾਈ ਨੂੰ ਫਿਰ ਮੇਲਾ ਰੱਖਿਆ ਜਾ ਰਿਹਾ ਰੱਖਿਆ ਅੱਜ ਹੀ ਸੀ ਪਰ ਹੈਪੀ ਰਾਏਕੋਟੀ ਬਾਹਰ ਹੋਣ ਦੇ ਕਾਰਨ ਹਾਂ ਡੇਟ ਮਿਸ ਹੋ ਗਈ ਪਰ ਫਿਰ ਵੀ ਪੱਕਾ ਜ਼ੁਬਾਨ ਦਾ ਬੰਦਾ ਕਿਉਂਕਿ ਜਿਹਨਾਂ ਦਾਤਿਆਂ ਦਾ ਜ਼ਿਕਰ ਹੈ ਅਤੇ ਦਾਤਾ ਜੀ ਨੂੰ ਤੁਹਾਡਾ ਫਿਕਰ ਹੈ ਆਓ ਕਿਉਂਕਿ ਮੇਲੇ ਦੀ ਬਹੁਤ ਅੱਛੇ ਢੰਗ ਦੇ ਨਾਲ ਸ਼ੁਰੂਆਤ ਜਿਹਨਾਂ ਖਜ਼ਾਨੇ 'ਚੋਂ ਮਾਇਆ ਆਈ ਹੈ ਦਾਤਾ ਸਾਹਿਬ ਖੁਸ਼ ਹੋਇਆ ਕਿਉਂਕਿ ਜਿਹਨਾਂ ਨਾਲ ਪਿਆਰ ਹੈ ਜ਼ਰੂਰ ਨਾਲ ਹੀ ਕੋਲ ਹੋਣੇ ਚਾਹੀਦੇ ਅਰਮਾਨ ਸਨਮਾਨ ਸਨ ਬਾਬਾ ਜੀ ਨੇ ਔਰ ਸਾਡੇ ਖਾਲਸਾ ਜੀ ਦਾ ਕਿ ਦਸ਼ਮੇਸ਼ ਪਿਤਾ ਦੇ ਸਿੰਘਾਂ ਦੀ ਰੀਸ ਕੋਈ ਨਹੀਂ ਕਰ ਸਕਦਾ ਇਹ ਦਸ਼ਮੇਸ਼ ਪਿਤਾ ਦੇ ਕਾਕੇ ਨਾ ਫਿਕਰ ਨਾ ਬਾਕੀ ਸ਼ੁਕਰਗੁਜ਼ਾਰ ਹਾਂ ਜੀ ਜਬ ਤੱਕ ਮੇਰੇ ਜਾਨ ਰਹੇ ਤੇਰੇ ਸੱਚੇ ਤੇਰੇ ਸੱਚੇ ਤੇਰੇ ਮਹਿਬੂਬ ਪੇ ਕੁਰਬਾਨ ਪੁੱਛ ਰਹੇ ਜਾਂ ਨਾ ਰਹੇ ਪਰ ਇਹ ਦੁਆ ਹੈ ਕਿ ਆਮੀ ਤੁਬੀ
तेरा दर मिला तो जहां मिला, मुझे तुम मिले तो खुदा मिला। तेरा दर मिला तो जहां मिला, मुझे तुम मिले तो खुदा मिला। तेरी जुस्तजू में जो खो गया उसे जिंदगी का मजा मिला। तेरी जुस्तजू में जो खो गया तो मैं दर दर कर आपका सफीरा लेके इंतजार, लेकिन मिला ना मंजिले मकसूद कहा पता। लेकिन मिला ना मंजिले, लेकिन मिला ना मंजिले मकसूद का पता। आखिर तेरे कर्म ने पुकारा इधर तो आ। बिल्ला भाजी जरा ध्यान दो बाबा जी, सरकार दे कर्म ने पुकारा इधर तो आ। आखिर तेरे कर्म ने पुकारा इधर तो आ, तो मैं हाजिर हुआ हूं दर पे, देता हूं ये सदा। क्या सदा देता हूं? के लगियां दी लजनी भौणी, लगियां दी लजनी भौणी, ओ सीने लाया मेहरबानी सोनिया, माड़िया नू सीने लाया मेहरबानी सोनिया, माड़िया नू सीने लाया मेहरबानी सोनिया। ए मेरी सरकार ता साडे जहे गुनाहगारां नू माड़िया नू सीने लाया बड़ी मेहरबानी सोनिया। हां माड़िया नू सीने लाया मेहरबानी सोनिया, मेहरबानी सोनिया लगियां दी लजनी भौं, मेरी सरकार जान दे ने, लगियां दी लजनी भौं सरकार जान दे, तेरा दर मिल गया मुझको सहारा हो तो ऐसा हो, मुझको सहारा हो तो ऐसा हो, मिल गया मुझको सहारा हो तो ऐसा हो। बिल्ला भाजी आजो आजो,
तेरा दर मिल गया मुझको सहारा हो तो ऐसा हो, तेरा दर मिल गया मुझको सहारा हो तो ऐसा हो, तेरा दर मिल गया मुझको सहारा हो तो ऐसा हो, तेरे टुकड़ों पे पलता हूँ, 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 गुजारा हो तो ऐसा हो, लगी यहाँ दी लजन भौणी मेरी सरकार जान दे, जे तेरा सहारा ना हुंदा लगी यहाँ दी लजन भौणी सरकार जान दे, लगी यहाँ दी लजन भौणी सरकार जान दे, लगिया दिल जन पानी सरकार जान दे, दिल नबानी सरकार जान दे, हाँ बन्ने ते बेड़ी लाउणी, बन्ने ते बेड़ी लाउणी, बन्ने ते बेड़ी लाउणी, बन्ने ते बेड़ी लाउणी, हाँ सरकार जान दे, लगियां दी लजनी गौणी सरकार जान दे, सरकार जान दे, लगिया दी लजन भौणी सरकार जान दे, लगिया दी लजन भौणी सरकार जान दे, बन्ने ते बेड़ी लाउणी, बन्ने ते बेड़ी लाउणी, बन्ने ते बेड़ी लाउणी, बन्ने ते बेड़ी लाउणी, हाँ सरकार जान दे, लगियां दी लजन भौणी सरकार जान दे, लगियां दी लजन भौणी सरकार जान दे, हाँ जिस दिल दे विच वफाए, जिस अख दे विच है आए, दिल दे विच वफाए तो अख दी अग बुझाणी, सरकार जान दे, लगियां दी लजन भौणी सरकार जान दे, सरकार जान दे, मेरी सरकार जान दे, सरकार जान दे, सरकार जान दे, ਵਾਲੀ ਸਰਕਾਰ ਦਾ ਨਾਂ ਸੁਣਾਉਂਦੀ ਹੈ ਪਹਿਲਾਂ ਕੋਈ ਮਨਾ
ਨਾ ਕਰੇ ਕੋਈ ਅਸਾਂ ਸਿੱਖਿਆ ਮਨਾਉਣਾ ਆ ਨੱਚੇ ਅਸਾਂ ਸਿੱਖਿਆ ਮਨਾਉਣਾ ਆ ਨੱਚੇ ਬੁੱਲੇ ਸ਼ਾਹ ਦਾ ਪੀਰ ਉੱਸ ਗਿਆ ਸੀ ਉਹਨੇ ਵੀ ਆਪਣਾ ਪੀਰ ਨੱਚ ਕੇ ਮਨਾਇਆ ਸਾਨੂੰ ਨੱਚਣੋ ਮਨਾ ਨਾ ਕਰੇ ਕੋਈ ਰਹਿ ਪਾਵਾਂ ਤੇਰੇ ਦੀਦਾਰ ਤੋਂ ਬਿਨਾਂ ਗਿਆਰਾਂ ਵਜੇ ਤੋਂ ਪਹਿਲਾਂ ਪਹਿਲਾਂ
ਦੋ ਪੱਤਰ ਅਨਾਰਾਂ ਦੇ ਮੈਂ ਬੇਨਤੀ ਕਰਦੇ ਹਾਂ ਕਿ ਜੈਨ ਸ਼੍ਰੀ ਜੀ ਮਹਿਫਲ ਦੇ ਵਿੱਚ ਤਸ਼ਰੀਫ ਲੈ ਆਓ। ਦੋ ਪੱਤਰ ਅਨਾਰਾਂ ਦੇ ਸਾਡੀ ਗਲੀ ਲੰਘ ਮਾਇਆ ਉਹ ਦੁੱਖ ਟੁੱਟਣ ਬਿਮਾਰਾਂ ਦੇ। ਦੋ ਪੱਤਰ ਅਨਾਰਾਂ ਦੇ ਸਾਡੀ ਗਲੀ ਲੰਘ ਮਾਇਆ ਦੁੱਖ ਟੁੱਟਣ ਬਿਮਾਰਾਂ ਦੇ। ਉਹ ਕੁੰਡੇ ਟੁੱਟ ਕੇ ਜ਼ਰੀਫਾਂ ਦੇ ਉਹ ਬਾਪੂ ਤੈਨੂੰ ਕਸਮ ਲੱਗੇ ਹਾਲ ਸੁਣ ਲੈ ਗਰੀਬਾਂ ਦੇ। ਉਹ ਬਾਪੂ ਤੈਨੂੰ ਕਸਮ ਲੱਗੇ ਹਾਲ ਸੁਣ ਲੈ ਗਰੀਬਾਂ ਦੇ। ਬਾਬਾ ਜੀ ਗੱਲ ਇੱਦਾਂ ਹੈ ਕਿ ਕਿਸੇ ਵੀ ਦਰਬਾਰ ਤੇ ਕੋਈ ਵੀ ਇਨਸਾਨ ਜਾਂਦਾ ਆਪਣੀਆਂ ਡਿਮਾਂਡਾਂ ਪੇਸ਼ ਕਰਦਾ ਕਿ ਬਾਬਾ ਜੀ ਸਾਨੂੰ ਗੱਡੀ ਦੇ ਦਿਓ, ਬਾਬਾ ਜੀ ਸਾਨੂੰ ਬੰਗਲਾ ਦੇ ਦਿਓ, ਬਾਬਾ ਜੀ ਸਾਨੂੰ ਪੈਸਾ ਦੇ ਦਿਓ। ਸਾਰੀਆਂ ਚੀਜ਼ਾਂ ਇੱਕ ਪਾਸੇ ਰੱਖ ਕੇ ਸਰਕਾਰ ਦਾ ਇੱਕ ਮੰਗ ਲਵੇ ਕਿ ਸਰਕਾਰ ਤੁਹਾਡੇ ਦੀਦਾਰ ਹੁੰਦੇ ਰਹਿਣ, ਤੁਹਾਡੇ ਦਰਸ਼ਨ ਹੁੰਦੇ ਰਹਿਣ। ਕੋਈ ਬੰਗਲੇ ਦੀ ਲੋੜ ਨਹੀਂ, ਕੋਈ ਪੈਸੇ ਦੀ ਲੋੜ ਨਹੀਂ, ਕੋਈ ਕਾਰਾਂ ਦੀ ਲੋੜ ਨਹੀਂ, ਤੁਹਾਡੇ ਦੀਦਾਰ ਹੁੰਦੇ ਰਹਿਣ, ਤੁਹਾਡੇ ਦਰਸ਼ਨ ਹੁੰਦੇ ਰਹਿਣ। ਤਾਂ ਹੀ ਕਿਹਾ ਕਿ ਕਸਮ ਰੱਬ ਦੀ, ਕਸਮ ਰੱਬ ਦੀ, ਕਸਮ ਰੱਬ ਦੀ ਨਾ ਰਹਿ ਪਾਵਾਂ ਤੇਰੇ ਦੀਦਾਰ ਤੋਂ ਬਿਨਾਂ। ਬਾਬਾ ਤੇਰੇ ਦੀਦਾਰ ਤੋਂ ਬਿਨਾਂ।
ਲਓ ਜੀ ਇੰਨੀ ਕੁ ਹਾਜ਼ਰੀ ਕਬੂਲ ਫਰਮਾਇਓ। ਦੀਪਕ ਜੀ ਹੈਪੀ ਜੀ ਤਾਲੀਮ ਸਾਕੀ।